ਡਿਫੀਕਲਟੀ ਹੈ ਜੀ, ਬਹੁਤ ਹੁੰਦੀ ਆ, ਬਿਕੋਜ਼ ਇਹਦੇ ਵਿੱਚ ਤੁਹਾਨੂੰ ਇੱਕ ਸ਼ਾਰਟਗਨ, ਪਹਿਲਾਂ ਤਾਂ ਐਮੂਨੇਸ਼ਨ ਅਤੇ ਸ਼ਾਰਟਗਨ ਅਰੇਂਜ ਕਰਨੀ ਬਹੁਤ ਔਖੀ ਹੁੰਦੀ ਆ, ਬਿਕੋਜ਼ ਸਾਰਾ ਕੁਝ ਇਹ ਬਾਹਰੋਂ ਹੀ ਇੰਪੋਰਟ ਹੁੰਦਾ। ਜੇ ਤੁਸੀਂ ਰਿਨਾਊਂਡ ਸ਼ਾਰਟ ਬਣਦੇ ਹੋ ਤਾਂ ਤੁਹਾਨੂੰ ਸਿਰਫ 15,000 ਹੀ ਤੁਸੀਂ ਮੰਗਾ ਸਕਦੇ ਹੋ ਸਾਲ ਦੇ, ਜਿਹੜੇ ਬਹੁਤ ਘੱਟ ਹੁੰਦੇ ਨੇ ਜਿਹਨਾਂ ਪ੍ਰੋਪਰ ਸ਼ੂਟਿੰਗ ਨਹੀਂ ਹੋ ਸਕਦੀ ਹੈਗੀ। ਅਤੇ ਗਨ ਵੀ ਤੁਹਾਨੂੰ ਅਰਾਊਂਡ 6,50,000 ਤੋਂ 7,00,000 ਰੁਪਏ ਦੀ ਪੈਂਦੀ ਹੈ ਜੇ ਤੁਸੀਂ ਪ੍ਰੋਫੈਸ਼ਨਲ ਗਨ ਲਉਂਗੇ। ਹਾਂਜੀ, ਸਾਨੂੰ ਕੁਛ ਕੋਈ ਨੌਲੇਜ ਨਹੀਂ ਸੀਗੀ, ਅਸੀਂ ਸਿਰਫ ਮੈਪ 'ਤੇ ਦੇਖ ਕੇ ਆਏ ਸੀ ਵੀ ਇੱਥੇ ਕੀ ਹੁੰਦਾ, ਅਤੇ ਡੈਡ ਨੂੰ ਵਧੀਆ ਲੱਗੀ ਨਾ, ਸਾਨੂੰ ਖਰਚੇ ਦਾ ਕੋਈ ਅੰਦਾਜ਼ਾ ਨਹੀਂ ਸੀਗਾ ਇਹਦੇ ਵਿੱਚ ਕਿਵੇਂ ਹੈ ਕਿਵੇਂ ਨਹੀਂ। ਬਟ ਹੌਲੀ ਹੌਲੀ ਚਲੋ ਰੇਂਜ ਤੋਂ ਸਾਨੂੰ ਕਾਰਤੂਸ ਅਰੇਂਜ ਹੋ ਹੀ ਗਏ। ਇੱਥੇ ਮਿਲਦਾ ਸੀ ਜਦ 1100 ਦਾ ਇੱਕ ਡੱਬਾ, ਅਤੇ ਹੁਣ ਉਹ ਵੱਧ ਕੇ 1400 ਦਾ ਹੋ ਗਿਆ, ਕਿਉਂਕਿ ਕਿੰਨੇ ਰੌਂਦ ਹੁੰਦੇ ਵੀਰੇ? ਉਹ 'ਚ 25 ਰੌਂਦ ਹੁੰਦੇ ਨੇ। ਹਾਂਜੀ, ਅਤੇ ਪੂਰੇ 25 ਹੀ ਰਿਕੁਆਇਰਡ ਹੁੰਦੇ ਨੇ ਇੱਕ ਰਾਊਂਡ ਚਲਾਉਣ ਦੇ ਲਈ। ਹਾਂਜੀ, ਨੈਕਸਟ ਡੇ ਜਦ ਆਇਆ ਮੈਨੂੰ ਸੀ, ਮੈਂ ਕਿਹਾ ਕਰਾਂ ਜਾਂ ਨਾ ਕਰਾਂ, ਇੱਕ ਸਵਾਲ ਪੈਦਾ ਹੋ ਗਿਆ ਵੀ ਕਰਨੀ ਚਾਹੀਦੀ ਆ ਕਿ ਨਹੀਂ, ਵੀ ਕਿਤੇ ਇੰਜਰੀ ਨਾ ਹੋ ਜਾਵੇ। ਸੋ ਇੱਕ ਹਫ਼ਤਾ ਤਾਂ ਬਿਲਕੁਲ ਸੈੱਟ ਹੋਣ ਨੂੰ ਲੱਗ ਗਿਆ ਗਨ ਨੂੰ, ਬਿਕੋਜ਼ ਕੋਈ ਪੋਜੀਸ਼ਨ ਦਾ ਨਹੀਂ ਪਤਾ ਇਹਦੇ ਵਿੱਚ, ਇੱਕ ਪ੍ਰੋਪਰ ਪੋਜੀਸ਼ਨ ਦੇ ਵਿੱਚ ਹੀ ਤੁਸੀਂ ਚਲਾ ਸਕਦੇ ਹੋ। ਜੇ ਤੁਸੀਂ ਨੋਰਮਲੀ ਖੜ ਕੇ ਚਲਾਓਗੇ ਤਾਂ ਤੁਸੀਂ ਗਿਰ ਸਕਦੇ ਹੋ ਪਿੱਛੇ ਦੇ ਝਟਕੇ ਨਾਲ। ਮੈਨੂੰ ਇੱਕ ਖਿਆਲ ਆਇਆ ਵੀ ਹੁਣ ਚਲੋ 1-2 ਮਹੀਨੇ ਹੋ ਗਏ, ਵੀ ਮੈਨੂੰ ਖੇਲਣੀ ਚਾਹੀਦੀ ਆ ਜਾਂ ਨਹੀਂ, ਵੀ ਇੰਨੀ ਮਹਿੰਗੀ ਆ ਵੀ ਅੱਗੇ ਜਾ ਕੇ ਐਕਸਪੈਂਸ ਜਾਂ ਕੈਲਕੂਲੇਟ ਕੀਤਾ ਕਿ ਬਹੁਤ ਜ਼ਿਆਦਾ ਪੈ ਰਿਹਾ, ਫਿਰ ਵਿੱਚ ਆਇਆ ਵੀ ਨਹੀਂ ਛੱਡ ਦਿੰਦੇ ਹਾਂ। ਚਲੋ ਮੇਰੇ ਫਾਦਰ ਨੂੰ ਮੇਰੇ 'ਤੇ ਭਰੋਸਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਕੰਟੀਨਿਊ ਰੱਖ। ਚਲੋ ਮੇਰਾ ਫਸਟ ਨੈਸ਼ਨਲ ਦੇ ਵਿੱਚ ਹੀ ਮੇਰਾ ਗੋਲਡ ਆ ਗਿਆ ਅਤੇ ਮੈਂ ਟੀਮ ਵਿੱਚ ਸਿਲੈਕਟ ਹੋ ਗਿਆ। ਅਤੇ ਉਸ ਤੋਂ ਬਾਅਦ ਮੇਰਾ ਫਸਟ ਕੰਪੀਟੀਸ਼ਨ ਸੀਗਾ ਦੁਬਈ ਅਲੇਨ, ਤਾਂ ਉਹਨਾਂ ਨੇ ਜਦ ਦੇਖਿਆ ਵੀ ਇੱਕ ਇਹ ਸਹੀ ਲਾਈਨ 'ਤੇ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ। ਜੇ ਉਹ ਨਾ ਮੇਰੀ ਹੈਲਪ ਕਰਦੇ, ਨਾ ਸਪੋਰਟ ਕਰਦੇ ਤਾਂ ਸ਼ਾਇਦ ਅੱਜ ਮੈਂ ਇੱਕ ਇੰਟਰਨੈਸ਼ਨਲ ਲੈਵਲ 'ਤੇ ਨਾ ਹੁੰਦਾ। ਘਰਾਂ ਦੇ ਵਿੱਚ ਵੀ ਹੁੰਦੀਆਂ ਨੇ ਜ਼ਿਆਦਾਤਰ ਉਹੀ ਚੀਜ਼ ਹੈ ਜਾਂ ਸਪੈਸ਼ਲ ਹੈ ਕੁਛ? ਨਹੀਂ, ਇਹ ਸਪੈਸ਼ਲ ਆ, ਇਹ ਹੈਗੀ ਹੈ DD11, ਇਹ ਬਰੇਟਾ ਦੀ ਆ, ਇਹ ਮੈਂ ਇਟਲੀ ਤੋਂ ਇੰਪੋਰਟ ਕਰਵਾਈ ਸੀਗੀ। ਹਾਂਜੀ, ਜਿਵੇਂ ਕੀ ਪ੍ਰਾਈਜ਼ ਹੋਊਗਾ? ਇਹ ਮੈਨੂੰ 6,50,000 ਦੀ ਪਈ ਸੀ ਉਸ ਟਾਈਮ। ਹਾਂਜੀ, ਅਤੇ ਹੁਣ ਇਹਦਾ ਅਰਾਊਂਡ 1,00,000 ਰੇਟ ਹੋਰ ਵੱਧ ਗਿਆ ਹੋਣਾ ਸਿਰਫ ਇੰਪੋਰਟ ਕਰਨ 'ਚ। ਜੇ ਕੋਈ ਲਾਈਕ ਰਿਨਾਊਂਡ ਸ਼ਾਟ ਨਹੀਂ ਹੈਗਾ, ਉਹ ਇੰਪੋਰਟ ਨਹੀਂ ਕਰ ਸਕਦਾ, ਤਾਂ ਉਹਨੂੰ ਜੇ ਨੋਰਮਲੀ ਉਹਨੂੰ ਗਨ ਸ਼ਾਪ ਤੋਂ ਖਰੀਦੂਗਾ ਤਾਂ ਉਹਨੂੰ 10-12 ਲੱਖ ਦੀ ਪਊਗੀ ਇਹ ਗਨ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜਿਓ ਤੁਸੀਂ ਅਤੇ ਮੈਂ ਹਰਦੀਪ ਸ਼ੇਪਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਪੰਜਾਬੀਆਂ ਨੂੰ ਖੇਡਣ ਦਾ ਬੜਾ ਸ਼ੌਕੀਨ ਹੁੰਦਾ, ਜਾਂ ਫਿਰ ਗੱਲ ਕਰ ਲਈਏ ਪੰਜਾਬੀਅਤ ਦੀ, ਕਹਿੰਦੇ ਪੰਜਾਬ ਦੇ ਵਿੱਚ ਕੋਈ ਅਜਿਹਾ ਸ਼ਖਸ ਨਹੀਂ ਜਿਹੜਾ ਖੇਡ ਨਾਲ ਅਤੇ ਗਰਾਊਂਡਾਂ ਨਾਲ ਨਾ ਜੁੜਿਆ ਹੋਵੇ। ਅੱਜ ਇੱਕ ਅਜਿਹੀ ਟ੍ਰੈਪ ਸ਼ੂਟਿੰਗ ਦੀ ਤੁਹਾਨੂੰ ਮੈਂ ਨੌਲੇਜ ਦਊਂਗਾ, ਮੈਂ ਕਹੂੰਗਾ ਜਿਹੜੀ ਵੀਡੀਓ ਨਾਲ ਨਾ, ਇਹ ਵੀਡੀਓ ਨੌਜਵਾਨ ਯੂਥ ਬਾਰੇ ਬੜੀ ਖਾਸ ਹੋਣ ਵਾਲੀ ਹੈਗੀ, ਕਿਉਂਕਿ ਜਿਹੜੀ ਟ੍ਰੈਪ ਸ਼ੂਟਿੰਗ ਹੈ ਕਈ ਨੌਜਵਾਨਾਂ ਦਾ ਸੁਪਨਾ ਰਿਹਾ ਹੈ ਵੀ ਮੈਂ ਇਸ ਸ਼ੂਟਿੰਗ ਵੱਲ ਜਾਵਾਂ ਜਾਂ ਫਿਰ ਇਸ ਫੀਲਡ ਬਾਰੇ ਸਿੱਖਾਂ ਕਿ ਕਿਸ ਤਰ੍ਹਾਂ ਇਹਦੇ ਵਿੱਚ ਜਾ ਸਕਦਾ ਹਾਂ ਮੈਂ, ਅਤੇ ਇਸ ਵਿਸ਼ੇ 'ਤੇ ਗੱਲਬਾਤ ਵੀ ਕਰਾਂਗੇ। ਅਤੇ ਇਸ ਖੇਡ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਡਾ ਵੀਰ ਰਾਜਵੀਰ ਸਿੰਘ ਸੇਖੋਂ ਮੌਜੂਦ ਨੇ ਸਾਡੇ ਨਾਲ, ਗੱਲਬਾਤ ਕਰਾਂਗੇ। ਬਾਈ, ਸ਼ੂਟਿੰਗ ਕਰਦੇ ਨੇਗੇ, ਕਾਫੀ ਇੰਟਰਨੈਸ਼ਨਲ ਲੈਵਲ 'ਤੇ ਖੇਡੇ ਵੀ ਹੋਏ ਨੇਗੇ, ਪਰ ਪਲੇ ਵੀ ਕਰਕੇ ਆਏ ਨੇ, ਅਤੇ ਆਪਾਂ ਪੁੱਛਾਂਗੇ ਕਿ ਕਿੰਨਾ ਕੁ ਸਮਾਂ ਹੋ ਗਿਆ ਇਹਨਾਂ ਨੂੰ ਇਸ ਖੇਡ ਦੇ ਨਾਲ ਜਾਂ ਫਿਰ ਇਸ ਫੀਲਡ ਦੇ ਨਾਲ ਜੁੜਿਆਂ ਨੂੰ, ਅਤੇ ਕਿੰਨਾ ਕੁ ਮੁਸ਼ਕਿਲ ਹੁੰਦਾ। ਰਾਜੀ ਵੀਰੇ, ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਨੂੰ ਅਤੇ ਤੁਹਾਡਾ ਜੀ। ਥੈਂਕ ਯੂ ਜੀ। ਵੀਰੇ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੋਊਗਾ ਨਾ, ਕਿਉਂਕਿ ਦਰਸ਼ਕ ਜਿਹੜੇ ਵੀਡੀਓ ਨਾਲ ਜੁੜ ਰਹੇ ਨੇ ਜਾਂ ਫਿਰ ਜਿਹੜੇ ਜੁੜਨ ਵਾਲੇ ਨੇ, ਉਹਨਾਂ ਦੇ ਦਿਲ ਦੇ ਵਿੱਚ ਵੀ ਇੱਕ ਹੀ ਚੀਜ਼ ਹੋਊਗੀ, ਸ਼ੂਟਿੰਗ ਕਰਨੀ ਹਰ ਕੋਈ ਚਾਹੁੰਦਾ, ਹਰ ਇੱਕ ਦੇ ਦਿਲ ਦੀ ਇੱਛਾ ਹੁੰਦੀ ਹੈ ਯਾਰ ਵੀ ਮੈਂ ਸ਼ੂਟਿੰਗ ਕਰਾਂ, ਹੈ ਨਾ, ਵੀ ਮੈਂ ਟ੍ਰੈਪ ਸ਼ੂਟਿੰਗ ਵਾਲੀ ਫੀਲਡ ਦੇ ਵਿੱਚ ਜਾਵਾਂ। ਜੀ, ਪਹਿਲਾਂ ਤਾਂ ਪੁੱਛੂਗਾ ਕਿੰਨਾ ਕੁ ਮੁਸ਼ਕਿਲ ਹੁੰਦਾ ਇਹ ਕਿੱਤਾ ਜਾਂ ਫਿਰ ਇਹ ਗੇਮ, ਕਿੰਨੀ ਕੁ ਡਿਫੀਕਲਟ ਹੁੰਦੀ ਹੈ? ਡਿਫੀਕਲਟੀ ਹੈ ਜੀ, ਬਹੁਤ ਹੁੰਦੀ ਆ, ਬਿਕੋਜ਼ ਇਹਦੇ ਵਿੱਚ ਤੁਹਾਨੂੰ ਇੱਕ ਸ਼ਾਰਟਗਨ, ਪਹਿਲਾਂ ਤਾਂ ਐਮੂਨੇਸ਼ਨ ਅਤੇ ਸ਼ਾਰਟਗਨ ਅਰੇਂਜ ਕਰਨੀ ਬਹੁਤ ਔਖੀ ਹੁੰਦੀ ਆ, ਬਿਕੋਜ਼ ਸਾਰਾ ਕੁਝ ਇਹ ਬਾਹਰੋਂ ਹੀ ਇੰਪੋਰਟ ਹੁੰਦਾ।
ਤੇ ਜਿਹੜੇ ਕਾਰਟਰੇਜ ਨੇ ਇਹ ਵੀ ਤੁਹਾਨੂੰ ਸਿਰਫ ਜੇ ਤੁਸੀਂ ਰਿਨਾਊਂਡ ਸ਼ਾਟ ਬਣਦੇ ਹੋ ਤਾਂ ਤੁਹਾਨੂੰ ਸਿਰਫ 15,000 ਹੀ ਤੁਸੀਂ ਮੰਗਾ ਸਕਦੇ ਹੋ ਸਾਲ ਦੇ, ਜਿਹੜੇ ਬਹੁਤ ਘੱਟ ਹੁੰਦੇ ਨੇ ਜਿਹਨਾਂ ਨਾਲ ਪ੍ਰੋਪਰ ਸ਼ੂਟਿੰਗ ਨਹੀਂ ਹੋ ਸਕਦੀ ਹੈਗੀ। ਤੇ ਗਨ ਵੀ ਤੁਹਾਨੂੰ ਅਰਾਊਂਡ 6,50,000 ਤੋਂ 7,00,000 ਰੁਪਏ ਦੀ ਪੈਂਦੀ ਹੈ ਜੇ ਤੁਸੀਂ ਪ੍ਰੋਫੈਸ਼ਨਲ ਗਨ ਲਉਂਗੇ। ਹਾਂਜੀ, ਅਤੇ ਜਿਹੜੇ ਹੁਣ ਕਾਰਤੂਸ ਨੇ, ਕਾਰਤੂਸ ਅਰਾਊਂਡ 6,800 ਯੂਰੋ ਦੇ ਪੈ ਰਹੇ ਨੇ, ਜਿਹੜੇ RC4 ਜਿਹੜੇ ਨੋਰਮਲੀ ਸਾਰੇ ਯੂਜ਼ ਕਰਦੇ ਨੇ, ਤਾਂ ਅਰਾਊਂਡ ਮਤਲਬ ਇੱਕ ਕਾਰਤੂਸ ਆਪਣਾ 35-40 ਰੁਪਏ ਦਾ ਪੈ ਗਿਆ। ਹਾਂਜੀ, ਜਿਵੇਂ ਤੁਸੀਂ ਦੱਸਿਆ ਕਿ 6-7 ਲੱਖ ਦੀ ਗੱਲ ਹੋ ਗਈ ਹੈ ਨਾ, ਜੇ ਕਾਰ ਤੁਸੀਂ ਦੀ ਗੱਲ ਕਰ ਲਈਏ 35-40 ਰੁਪਏ ਦਾ ਇੱਕ ਪੈ ਗਿਆ। ਹਾਂਜੀ, ਫਿਰ ਇੰਨੀ ਐਕਸਪੈਂਸਿਵ ਹੋਣੀ, ਇੰਨੀ ਕੋਸਟਲੀ ਹੋਣੀ, ਜਿਵੇਂ ਮੈਂ ਕਹਿੰਦਾ ਆਮ ਇਨਸਾਨ ਦੇ ਅਫੋਰਡ ਕਰਨੀ ਬੜੀ ਮੁਸ਼ਕਿਲ ਹੁੰਦੀ ਹੈਗੀ, ਪਰ ਫਿਰ ਵੀ ਦਿਲ ਦੀ ਇੱਛਾ ਹੁੰਦੀਆਂ ਨੇਗੀਆਂ, ਹੈ ਨਾ। ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਇਸ ਫੀਲਡ ਨਾਲ ਜੁੜੇ ਨੂੰ ਜਾਂ ਫਿਰ ਇਸ ਗੇਮ ਨਾਲ ਜੁੜੇ ਨੂੰ? ਮੈਂ ਇਹ ਗੇਮ 2017 ਦੇ ਵਿੱਚ ਸ਼ੁਰੂ ਕੀਤੀ ਸੀ। ਮੈਨੂੰ ਸੀ ਜਿਵੇਂ ਸਾਰਾ ਆਪਣਾ ਯੂਥ ਬਾਹਰ ਹੀ ਜਾਈ ਜਾ ਰਿਹਾ ਕਿ ਮੈਂ ਕੁਛ ਡਿਫਰੈਂਟ ਕਰਕੇ ਦਿਖਾਵਾਂ। ਅਤੇ ਮੇਰੇ ਹੁਣ ਡੈਡ ਸ਼ੁਰੂ ਤੋਂ ਵੀ ਇੰਟਰਨੈਸ਼ਨਲ ਲੈਵਲ ਦੇ ਕਬੱਡੀ ਪਲੇਅਰ ਰਹੇ ਨੇ ਅਤੇ ਹੁਣ ਆਰਟ ਦਾ ਕੰਮ ਕਰਦੇ ਨੇ। ਮੈਨੂੰ ਸੀ ਮੈਂ ਇੱਕ ਉਹਨਾਂ ਦਾ ਨਾਮ ਰੋਸ਼ਨ ਕਰਾਂ ਅਤੇ ਕੁਛ ਅਲੱਗ ਕਰਕੇ ਦਿਖਾਵਾਂ ਆਪਣੇ ਕਿੱਤੇ ਦੇ ਨਾਲ। ਅਤੇ ਉਹਨਾਂ ਨੇ ਜਦ ਸ਼ੁਰੂ ਕਰਵਾਈ ਤਾਂ ਸਾਨੂੰ ਕੁਛ ਕੋਈ ਨੌਲੇਜ ਨਹੀਂ ਸੀਗੀ, ਅਸੀਂ ਸਿਰਫ ਮੈਪ 'ਤੇ ਦੇਖ ਕੇ ਆਏ ਸੀ ਵੀ ਇੱਥੇ ਕੀ ਹੁੰਦਾ। ਅਤੇ ਡੈਡ ਨੂੰ ਵਧੀਆ ਲੱਗੀ, ਨਾ ਸਾਨੂੰ ਖਰਚੇ ਦਾ ਕੋਈ ਅੰਦਾਜ਼ਾ ਨਹੀਂ ਸੀਗਾ ਇਹਦੇ ਵਿੱਚ ਕਿਵੇਂ ਹੈ ਕਿਵੇਂ ਨਹੀਂ। ਬਟ ਹੌਲੀ ਹੌਲੀ ਚਲੋ ਰੇਂਜ ਤੋਂ ਸਾਨੂੰ ਕਾਰਤੂਸ ਅਰੇਂਜ ਹੋ ਹੀ ਗਏ। ਇੱਥੇ ਮਿਲਦਾ ਸੀ ਜਦ 1100 ਦਾ ਇੱਕ ਡੱਬਾ ਅਤੇ ਹੁਣ ਉਹ ਵੱਧ ਕੇ 1400 ਦਾ ਹੋ ਗਿਆ। ਕਿਉਂਕਿ ਕਿੰਨੇ ਰਾਊਂਡ ਹੁੰਦੇ ਵੀਰੇ? ਉਹ 'ਚ 25 ਰਾਊਂਡ ਹੁੰਦੇ ਨੇ। ਹਾਂਜੀ, ਅਤੇ ਪੂਰੇ 25 ਹੀ ਰਿਕੁਆਇਰਡ ਹੁੰਦੇ ਨੇ ਇੱਕ ਰਾਊਂਡ ਚਲਾਉਣ ਦੇ ਲਈ। ਹਾਂਜੀ ਬਾਈ, ਫਿਰ ਜਿਵੇਂ ਤੁਸੀਂ ਦੱਸਿਆ ਵੀ ਸ਼ੁਰੂਆਤ ਦੇ ਵਿੱਚ 2017 ਦੇ ਵਿੱਚ ਤੁਸੀਂ ਆਏ ਸੀਗੇ ਇਸ ਗੇਮ ਨਾਲ ਜੁੜਨ ਦੇ ਲਈ, ਕੋਈ ਐਕਸਪੀਰੀਅੰਸ ਨਹੀਂ ਸੀ, ਕੋਈ ਪਤਾ ਨਹੀਂ ਸੀ, ਅੰਦਾਜ਼ਾ ਨਹੀਂ ਸੀ ਵੀ ਕਿਸ ਤਰ੍ਹਾਂ ਕਰ ਸਕਦੇ ਹਾਂ। ਕਿ ਡਰ ਤਾਂ ਲੱਗਿਆ ਹੋਊਗਾ ਮਨ ਦੇ ਵਿੱਚ ਯਾਰ ਵੀ ਮੈਂ ਗਨ ਚਲਾਉਣ ਜ਼ਰੂਰ ਲੱਗਿਆਂਗਾ, ਸ਼ੂਟਿੰਗ ਕਰਨ ਜ਼ਰੂਰ ਲੱਗਿਆ, ਕਿਤੇ ਮੇਰਾ ਮੋਢਾ ਨਾ ਨਿਕਲ ਜੇ ਜਾਂ ਫਿਰ ਮੈਨੂੰ ਕੋਈ ਜ਼ਿਆਦਾ ਮੈਂ ਡਿੱਗ ਨਾ ਜਾਵਾਂ ਮਗਰ ਨੂੰ। ਡਰ ਤਾਂ ਹੋਊਗਾ ਮਨ ਦੇ ਵਿੱਚ? ਬਿਲਕੁਲ ਡਰ ਸੀ। ਜਦ ਚਲਾ ਰਿਹਾ ਸੀ ਇੱਕਦਮ ਜਿਹਾ ਝਟਕਾ ਪਿਆ ਤਾਂ ਮੈਨੂੰ ਸੀ ਕਿ ਨੀਲ ਪੈਣ ਦਾ, ਅਤੇ ਸਟਿਫ ਹੋ ਗਈ ਸੀਗੀ, ਸਾਰਾ ਸ਼ੋਲਡਰ ਮੇਰਾ ਸਟਿਫ ਹੋ ਗਿਆ ਸੀ। ਚਲੋ ਫਸਟ ਡੇ ਨਿਕਲਿਆ, ਸਰ ਨੇ ਪ੍ਰੈਕਟਿਸ ਕਰਵਾਈ, ਵਿਸ਼ਵਦੇਵ ਸਿੰਘ ਸਿੱਧੂ ਨੇ ਮੇਰੇ ਕੋਚ, ਅਤੇ ਨੈਕਸਟ ਡੇ ਜਦ ਆਇਆ ਮੈਨੂੰ ਸੀ ਮੈਂ ਕਿਹਾ ਕਰਾਂ ਜਾਂ ਨਾ ਕਰਾਂ, ਇੱਕ ਸਵਾਲ ਪੈਦਾ ਹੋ ਗਿਆ ਵੀ ਕਰਨੀ ਚਾਹੀਦੀ ਹੈ ਕਿ ਨਹੀਂ, ਵੀ ਕਿਤੇ ਇੰਜਰੀ ਨਾ ਹੋ ਜਾਵੇ। ਸੋ ਇੱਕ ਹਫ਼ਤਾ ਤਾਂ ਬਿਲਕੁਲ ਸੈੱਟ ਹੋਣ ਨੂੰ ਲੱਗ ਗਿਆ ਗਨ ਨੂੰ, ਬਿਕੋਜ਼ ਕੋਈ ਪੋਜੀਸ਼ਨ ਦਾ ਨਹੀਂ ਪਤਾ ਇਹਦੇ ਵਿੱਚ, ਇੱਕ ਪ੍ਰੋਪਰ ਪੋਜੀਸ਼ਨ ਦੇ ਵਿੱਚ ਹੀ ਤੁਸੀਂ ਚਲਾ ਸਕਦੇ ਹੋ। ਜੇ ਤੁਸੀਂ ਨੋਰਮਲੀ ਖੜ ਕੇ ਚਲਾਓਗੇ ਤਾਂ ਤੁਸੀਂ ਗਿਰ ਸਕਦੇ ਹੋ ਪਿੱਛੇ ਇਹਦੇ ਝਟਕੇ ਨਾਲ। ਜਿਵੇਂ ਤੁਸੀਂ ਚਲੋ ਸ਼ੁਰੂਆਤੀ ਦੌਰ ਤਾਂ ਆਪਾਂ ਦੇਖ ਲਿਆ ਵੀ ਬੜੀ ਮੁਸ਼ਕਿਲ ਹੁੰਦੀ ਹੈ ਨਾ ਸ਼ੁਰੂਆਤ ਦੇ ਵਿੱਚ, ਤਾਂ ਚਲੋ ਜਿਵੇਂ ਕਹਿੰਦੇ ਹੁੰਦੇ ਆ ਵੀ ਇਨਸਾਨ ਦੇ ਦਿਲ ਦੇ ਵਿੱਚ ਜਦੋਂ ਇੱਕ ਝਟਕ ਹੁੰਦੀ ਹੈਗੀ ਯਾਰ ਵੀ ਮੈਂ ਸ਼ੂਟਿੰਗ ਕਰਨੀ ਜਾਂ ਫਿਰ ਮੈਂ ਕੋਈ ਕੰਮ ਕਰਨਾ, ਬੰਦਾ ਕੰਮ ਸ਼ੁਰੂਆਤ ਕਰ ਲੈਂਦਾ, ਠੀਕ ਹੈ, ਸ਼ੁਰੂਆਤ ਹੋ ਵੀ ਜਾਂਦੀ ਹੈ, ਪਰ ਜਿਵੇਂ ਤੁਸੀਂ ਦੱਸਿਆ ਵੀ ਐਕਸਪੈਂਸਿਵ ਬਹੁਤ ਹੈ, ਇਹ ਤਾਂ ਕੋਸਟਲੀ ਬਹੁਤ ਹੈਗੀ, ਫਿਰ ਅੱਗੇ ਜਾ ਕੇ ਜਦੋਂ ਦੇਖਿਆ ਵੀ ਇਹ ਤਾਂ ਯਾਰ ਇੰਨੀ ਮਹਿੰਗੀ ਪੈਂਦੀ ਜਾਂਦੀ ਹੈ, ਹੁਣ 7 ਲੱਖ ਦੀ ਗਨ ਲੈਣੀ ਪੈਗੀ, ਹੁਣ ਰਾਊਂਡ 'ਤੇ ਮੇਰੇ ਤਾਂ ਡੇਲੀ ਦਾ 5-6 ਹਜ਼ਾਰ ਰੁਪਏ ਖਰਚਾ ਆਈ ਜਾਂਦਾ ਹੈ, ਕਦੇ ਫਿਰ ਖਿਆਲ ਤਾਂ ਨਹੀਂ ਆਇਆ ਯਾਰ ਵੀ ਯਾਰ ਇਹ ਗੇਮ ਛੱਡ ਕੇ ਜੇ ਆਪਾਂ ਕਿਸੇ ਹੋਰ ਵਾਰੀ ਟਰਾਈ ਕਰ ਲਏ, ਕੁਛ ਇੱਦਾਂ ਦਾ ਧਿਆਨ ਤਾਂ ਨਹੀਂ ਆਇਆ? ਨਹੀਂ, ਬਿਲਕੁਲ ਆਇਆ ਸੀਗਾ, ਕਿਉਂਕਿ ਹੁਣ ਸਾਰੇ ਐਂ ਤਾਂ ਹੈ ਨਹੀਂ ਕਿ ਆਪਾਂ ਲਾਈਕ ਬਹੁਤ ਓਵਰ ਰਿਚ ਫੈਮਿਲੀਜ਼ ਤੋਂ ਆ ਵੀ ਹਾਂ ਨਜਾਇਜ਼ ਪੈਸਾ ਹੈ, ਕਿਉਂਕਿ ਇੱਕ ਸੇਵਿੰਗਸ ਕੀਤੀਆਂ ਹੁੰਦੀਆਂ ਨੇ ਹਰੇਕ ਦੇ ਪੇਰੈਂਟਸ ਨੇ। ਸੋ ਮੇਰੇ ਪੇਰੈਂਟਸ ਨੇ ਵੀ ਕੀਤੀਆਂ ਹੋਈਆਂ ਸੀ, ਤਾਂ ਕਰਦੇ ਮੈਨੂੰ ਇੱਕ ਖਿਆਲ ਆਇਆ ਵੀ ਹੁਣ ਚਲੋ 1-2 ਮਹੀਨੇ ਹੋ ਗਏ ਵੀ ਮੈਨੂੰ ਖੇਲਣੀ ਚਾਹੀਦੀ ਹੈ ਜਾਂ ਨਹੀਂ, ਵੀ ਇੰਨੀ ਮਹਿੰਗੀ ਆ ਵੀ ਅੱਗੇ ਜਾ ਕੇ ਐਕਸਪੈਂਸ ਜਾਂ ਕੈਲਕੂਲੇਟ ਕੀਤਾ ਕਿ ਬਹੁਤ ਜ਼ਿਆਦਾ ਪੈ ਰਿਹਾ, ਫਿਰ ਵਿੱਚ ਆਇਆ ਵੀ ਨਹੀਂ ਛੱਡ ਦਿੰਦੇ ਹਾਂ। ਚਲੋ ਮੇਰੇ ਫਾਦਰ ਨੂੰ ਮੇਰੇ 'ਤੇ ਭਰੋਸਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਕੰਟੀਨਿਊ ਰੱਖ। ਚਲੋ ਮੇਰਾ ਫਸਟ ਨੈਸ਼ਨਲ ਦੇ ਵਿੱਚ ਹੀ ਮੇਰਾ ਗੋਲਡ ਆ ਗਿਆ ਅਤੇ ਮੈਂ ਟੀਮ ਵਿੱਚ ਸਿਲੈਕਟ ਹੋ ਗਿਆ, ਅਤੇ ਉਸ ਤੋਂ ਬਾਅਦ ਮੇਰਾ ਫਸਟ ਕੰਪੀਟੀਸ਼ਨ ਸੀਗਾ ਦੁਬਈ ਅਲੇਨ, ਤਾਂ ਉਹਨਾਂ ਨੇ ਜਦ ਦੇਖਿਆ ਵੀ ਇੱਕ ਇਹ ਸਹੀ ਲਾਈਨ 'ਤੇ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ। ਜੇ ਉਹ ਨਾ ਮੇਰੀ ਹੈਲਪ ਕਰਦੇ, ਨਾ ਸਪੋਰਟ ਕਰਦੇ, ਤਾਂ ਸ਼ਾਇਦ ਅੱਜ ਮੈਂ ਇੱਕ ਇੰਟਰਨੈਸ਼ਨਲ ਲੈਵਲ 'ਤੇ ਨਾ ਹੁੰਦਾ। ਵੀਰੇ ਆਪਣੇ ਕੋਲ ਨਾ ਅਸੈਸਰੀ ਪਈ ਹੈਗੀ, ਜਿਵੇਂ ਤੁਹਾਡੇ ਕੋਲ ਰੌਂਦ ਪੈ ਨੇਗੇ ਨਾ, ਰਫਲ ਵੀ ਪਈ ਆ, ਮੈਂ ਚਾਹੂੰਗਾ ਆਪਾਂ ਦਰਸ਼ਕਾਂ ਨੂੰ ਵੀਡੀਓ 'ਚ ਦਿਖਾ ਦਈਏ ਇਹ ਰੌਂਦ ਅਸਰ ਕਿਹੜੇ ਹੁੰਦੇ ਨੇ ਜਿਹੜੇ ਤੁਸੀਂ ਯੂਜ਼ ਕਰਦੇ ਹੋਗੇ।
ਇਹ 7.5 ਨੰਬਰ ਹੁੰਦੇ ਨੇ, ਅਸੀਂ 7.5 ਨੰਬਰ ਹੀ ਯੂਜ਼ ਕਰ ਸਕਦੇ ਹਾਂ। ਅਤੇ ਮੈਂ ਪਰਟੀਕੁਲਰਲੀ ਪ੍ਰੈਫਰੈਂਸ ਕਰਦਾ RC ਬ੍ਰਾਂਡ ਨੂੰ, RC ਬ੍ਰਾਂਡ ਬਿਕੋਜ਼ ਇਹ ਨੋਰਮਲੀ ਸਭ ਦੇ ਸੂਟ ਆ ਜਾਂਦੇ ਨੇ। ਓਕੇ ਹਾਂਜੀ, ਇਹ ਜਿਵੇਂ ਬਈ ਮਤਲਬ ਰੌਨ ਦੇਖ ਲਈ ਹੈ ਨਾ, ਇਹ ਰੌਨ ਤਾਂ ਨੋਰਮਲੀ ਹੋਣਗੇ ਮੇਰੇ ਖਿਆਲ, ਜਿਹੜੇ ਆਮ ਆਪਾਂ ਦੇਖਦੇ ਹੁੰਦੇ ਹਾਂ ਕਿ ਚੱਲਦੇ ਗਾਣੇ ਵਾਲੇ, ਕਿ ਹੋਰ ਹੁੰਦੇ ਨੇ? ਨਹੀਂ ਨਹੀਂ, ਇਹ ਨੋਰਮਲ ਨਹੀਂ ਹੁੰਦੇ, ਇਹ ਸਪੈਸ਼ਲੀ ਗੇਮ ਲਈ ਹੀ ਡਿਜ਼ਾਈਨ ਕੀਤੇ ਹੁੰਦੇ ਨੇ। ਇਹ 24 ਗ੍ਰਾਮ ਨੇ ਅਤੇ 7.5 ਨੰਬਰ ਇਹਨੂੰ ਕਿਹਾ ਜਾਂਦਾ। 7.5 ਨੰਬਰ ਹਾਂਜੀ, ਅਤੇ ਟ੍ਰੈਪ ਦੇ ਵਿੱਚ 7.5 ਨੰਬਰ ਹੀ ਯੂਜ਼ ਹੁੰਦਾ, ਤੁਸੀਂ ਹੋਰ ਨੰਬਰ ਯੂਜ਼ ਨਹੀਂ ਕਰ ਸਕਦੇ। ਦੋਸਤੋ ਇੱਕ ਗੰਨ ਵੀ ਪਈ ਆ ਮੇਰੇ ਕੋਲ ਨਾ ਬਾਈ, ਜਿਹੜੀ ਗੰਨਾਂ ਖੇਡਦੇ ਨੇ ਵੀਰੇ, ਗੰਨ ਫਿਰ ਕੋਈ ਸਪੈਸ਼ਲ ਹੈਗੀ ਕੋਈ ਗੇਮਿੰਗ ਵਾਸਤੇ, ਜਾਂ ਜਿਹੜੀ ਆਮ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਵੀ ਹੁੰਦੀਆਂ ਨੇ ਜ਼ਿਆਦਾਤਰ, ਉਹੀ ਚੀਜ਼ ਹੈ ਜਾਂ ਸਪੈਸ਼ਲ ਹੈ ਕੁਛ? ਨਹੀਂ, ਇਹ ਸਪੈਸ਼ਲ ਆ, ਇਹ ਹੈਗੀ ਹੈ DT 11, ਇਹ ਬਰੇਟਾ ਦੀ ਆ, ਇਹ ਮੈਂ ਇਟਲੀ ਤੋਂ ਇੰਪੋਰਟ ਕਰਵਾਈ ਸੀਗੀ। ਇਟਲੀ ਤੋਂ? ਹਾਂਜੀ। ਜਿਵੇਂ ਕੀ ਪ੍ਰਾਈਜ਼ ਹੋਊਗਾ ਫਿਰ? ਇਹ ਮੈਨੂੰ 6.5 ਲੱਖ ਦੀ ਪਈ ਸੀ ਉਸ ਟਾਈਮ। ਹਾਂਜੀ, ਅਤੇ ਹੁਣ ਇਹਦਾ ਅਰਾਊਂਡ 1 ਲੱਖ ਰੇਟ ਹੋਰ ਵੱਧ ਗਿਆ ਹੋਣਾ ਸਿਰਫ ਇੰਪੋਰਟ ਕਰਨ 'ਚ। ਜੇ ਕੋਈ ਲਾਈਕ ਰਿਨਾਊਂਡ ਸ਼ਾਟ ਨਹੀਂ ਹੈਗਾ, ਉਹ ਇੰਪੋਰਟ ਨਹੀਂ ਕਰ ਸਕਦਾ, ਤਾਂ ਉਹਨੂੰ ਜੇ ਨੋਰਮਲੀ ਉਹਨੂੰ ਗਨ ਸ਼ਾਪ ਤੋਂ ਖਰੀਦੂਗਾ ਤਾਂ ਉਹਨੂੰ 10-12 ਲੱਖ ਦੀ ਪਊਗੀ ਇਹ ਗੰਨ। ਬਿਲਕੁਲ ਰਾਜਵੀਰ, ਜਿਵੇਂ ਨਾ ਦਰਸ਼ਕ ਵੀਡੀਓ ਨਾਲ ਜੁੜੇ ਹੋਏ ਹੋਣਗੇ, ਹੈ ਨਾ, ਕਮੈਂਟ ਵੀ ਕਰ ਰਹੇ ਹੋਣਗੇ, ਮਨ 'ਚ ਸਵਾਲ ਵੀ ਆ ਰਹੇ ਹੋਣਗੇ, ਕਈ ਸ਼ਖਸ ਹੁੰਦੇ ਹੈਗੇ ਜਿਹੇ ਜਿਹੜੇ ਕਹਿੰਦੇ ਯਾਰ ਵੀ ਚਲੋ ਵੀ ਆਪਾਂ ਯਾਰ ਗੇਮ ਜ਼ਰੂਰ ਸਿੱਖਣੀ ਹੈਗੀ, ਇਹ ਪਰ ਡੇ ਵਾਲਾ ਜਿਵੇਂ ਹੈਗਾ ਤੁਸੀਂ ਸਿਸਟਮ ਦੱਸਿਆ ਵੀ ਉਹ ਚੀਜ਼ ਆਪਾਂ ਪਰਚੇਜ਼ ਕਰਦੇ, ਪਰ ਯਾਰ ਮੈਂ ਗੰਨ ਨਹੀਂ ਪਰਚੇਜ਼ ਕਰ ਸਕਦਾ, ਗੰਨ ਨਹੀਂ ਮੈਂ ਲੈ ਸਕਦਾ, ਫਿਰ ਜੇ ਮੰਨ ਲਓ ਕੋਈ ਸਿੱਖਣਾ ਚਾਹੁੰਦਾ ਹੋਵੇ, ਗੰਨ ਵਗੈਰਾ ਵੀ ਇੱਥੇ ਰੈਂਟ 'ਤੇ ਮਿਲ ਜਾਂਦੇ ਨੇ, ਜਾਂ ਤਾਂ ਕੀ ਪ੍ਰੋਸੀਜਰ ਹੁੰਦਾ ਇਹਦਾ? ਰੇਂਜ ਦੇ ਉੱਤੇ ਤੁਸੀਂ ਗੰਨ ਲੈ ਸਕਦੇ ਹੋ, 1 ਰਾਊਂਡ ਦੇ ਉਹਨੂੰ 150 ਰੁਪਇਆ ਪੇ ਕਰਨਾ ਪੈਣਾ ਜਸਟ, ਇਹਨਾਂ ਨੇ ਬਹੁਤ ਜ਼ਿਆਦਾ ਨੋਮੀਨਲ ਰੇਟ ਰੱਖਿਆ ਹੋਇਆ। ਮਤਲਬ 1 ਰਾਊਂਡ ਦਾ 150 ਰੁਪਏ? ਹਾਂਜੀ, 1 ਰਾਊਂਡ ਦੇ ਵਿੱਚ 25 ਸ਼ਾਟਸ ਹੁੰਦੇ ਨੇ, ਸੋ ਲਾ ਲਓ ਜੇ ਤੁਸੀਂ ਨੋਰਮਲੀ ਜਿਹਨੇ ਫਸਟ ਟਾਈਮ ਸਿਰਫ 1 ਰਾਊਂਡ 'ਚ ਲਾਉਣਾ, ਬਟ ਤੁਹਾਨੂੰ ਕੋਚ ਤਾਂ ਹਾਇਰ ਕਰਨਾ ਪੈਣਾ। ਅਤੇ ਸਭ ਤੋਂ ਜ਼ਿਆਦਾ ਨੋਮੀਨਲ ਰੇਟਸ ਲੈਂਦੇ ਨੇ ਮੇਰੇ ਕੋਚ ਬਿਸ਼ਵਦੇਵ ਸਿੰਘ ਸਿੱਧੂ ਪੂਰੀ ਦੁਨੀਆ 'ਚ, ਉਹਨਾਂ ਦਾ ਹੈਗਾ 3000 ਪਰ ਡੇ। ਕਈਆਂ ਨੂੰ ਇਹ ਵੀ ਜ਼ਿਆਦਾ ਲੱਗ ਰਿਹਾ ਹੋਊਗਾ, ਬਟ ਨੋਰਮਲੀ ਕੋਚ 5000-10000 ਰੁਪਇਆ ਇੰਨਾ ਲੈਂਦੇ ਨੇ, ਬਟ ਇਹਨਾਂ ਨੇ ਆਪਣਾ ਸਿਰਫ ਕਿ ਸਭ ਲਈ ਕਿ ਸਭ ਅਫੋਰਡ ਕਰ ਸਕਣ, ਤਾਂ ਉਹਨਾਂ ਨੇ ਸਿਰਫ 3000 ਰੱਖਿਆ ਹੋਇਆ ਪਰ ਡੇ ਦਾ। ਹਾਂਜੀ, ਅਤੇ ਰੇਂਜ 'ਤੇ ਤੁਹਾਨੂੰ 150 ਰੁਪਏ ਦੀ ਗੰਨ 1 ਰਾਊਂਡ ਲਈ ਮਿਲ ਜੂ, ਰਾਊਂਡ ਪਰ ਰਾਊਂਡ ਪੈਂਦਾ ਤੁਹਾਨੂੰ, ਜਿਵੇਂ ਜੇ ਟਾਰਗੇਟ ਨਿਕਲ ਰਹੇ ਸੀ ਤੁਹਾਨੂੰ ਦਿਖਾਏ ਸੀ ਮੈਂ ਔਰੇਂਜ ਕਲਰ ਦੇ, ਉਹ 350 ਰੁਪਏ ਦਾ 1 ਰਾਊਂਡ ਉਹ ਪੂਰਾ ਚੱਲਦਾ, ਅਤੇ ਕਾਰਟਰੇਜ ਦਾ ਬਾਕਸ ਹੋ ਗਿਆ 1400 ਦਾ, ਤਾਂ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿੰਨੇ, ਕਿਉਂਕਿ ਨੋਰਮਲੀ ਇਹਦੀ ਹੁਣ ਤੁਹਾਨੂੰ ਮੈਂ ਪੂਰੀ ਸਮਝਾਉਣਾ ਇਹਦੇ ਰੂਲਸ ਕੀ ਨੇ। ਹੁਣ ਇਹਦੇ ਵਿੱਚ ਲਾਈਕ ਸਾਰੇ ਜਿਵੇਂ ਨੈਸ਼ਨਲ ਦਾ ਹੀ ਸਮਝਾਉਣਾ, ਸਾਰੇ ਨੈਸ਼ਨਲ ਤੋਂ ਸਾਰੇ ਆਪਣੇ ਪਾਰਟੀਸਪੇਟ ਕਰਦੇ ਨੇ, ਜਿਵੇਂ ਪਲੇਅਰਸ ਜਿਹੜੇ ਟੌਪ 8 ਹੁੰਦੇ ਨੇ, ਕਿਉਂਕਿ ਰੂਲਸ ਇਹਨਾਂ ਨੇ ਹੁਣ ਚੇਂਜ ਕਰਤੇ, ਨਿਊ ਰੂਲਸ ਦੇ ਅਕੋਰਡਿੰਗ ਜਿਹੜੇ ਟੌਪ 8 ਪਲੇਅਰਸ ਨੇ ਉਹ ਫਾਈਨਲਸ ਦੇ ਵਿੱਚ ਕਾਊਂਟ ਹੁੰਦੇ ਨੇ। 125 ਸ਼ਾਟਸ ਦਾ ਫਾਈਨਲ ਕੁਆਲੀਫਿਕੇਸ਼ਨ ਰਾਊਂਡ ਹੁੰਦਾ। ਹਾਂਜੀ, 1 ਰਾਊਂਡ ਦੇ ਵਿੱਚ ਜੇ 25 ਹੁੰਦੇ ਨੇ ਤਾਂ 5 ਰਾਊਂਡਸ ਹੁੰਦੇ ਨੇ, ਤਾਂ 125 ਜਿਹੜੇ ਟੌਪ 8 ਹੋਣਗੇ ਉਹਨਾਂ ਨੂੰ ਫਾਈਨਲਸ ਲਈ ਸਿਲੈਕਟ ਕੀਤਾ ਜਾਂਦਾ, ਅਤੇ ਉਹਦੇ ਵਿੱਚੋਂ 1st 4 ਅਤੇ ਲਾਸਟ 4 ਉਹਨਾਂ ਦਾ ਸੈਮੀ ਫਾਈਨਲ ਹੁੰਦਾ ਆ, ਅਤੇ ਉਹਦੇ ਵਿੱਚੋਂ ਲਾਈਕ 25 ਸ਼ਾਟਸ ਚੱਲਦੇ ਨੇ ਕਿ 2 ਆਊਟ ਹੋ ਜਾਂਦੇ ਨੇ, ਅਤੇ ਸੈਕਿੰਡ ਵਾਲੇ ਦੇ ਵਿੱਚੋਂ ਵੀ ਸੈਮੀ ਫਾਈਨਲ 'ਚੋਂ 2 ਆਊਟ ਕਰਕੇ ਫਾਈਨਲ ਲਈ 4 ਪਲੇਅਰ ਸਿਲੈਕਟ ਕੀਤੇ ਜਾਂਦੇ ਨੇ, ਅਤੇ ਫਾਈਨਲਸ ਦੇ ਵਿੱਚੋਂ ਹੀ ਆਫਟਰ 5 ਸ਼ਾਟਸ 1 ਨੋਮ ਡਿਸਕੁਆਲੀਫਾਈ ਕੀਤਾ ਜਾਂਦਾ, ਫਿਰ ਆਫਟਰ 10 ਸ਼ਾਟਸ, ਅਤੇ ਜਿਹੜੇ ਲਾਸਟ ਸ਼ਾਟਸ ਰਹਿ ਗਏ ਉਹਦੇ ਵਿੱਚ ਗੋਲਡ ਅਤੇ ਸਿਲਵਰ ਮੈਡਲ ਡਿਸਾਈਡ ਹੁੰਦਾ। ਹਾਂਜੀ, ਤੁਸੀਂ ਗੋਲਡ ਅਤੇ ਸਿਲਵਰ ਮੈਡਲ ਦੀ ਗੱਲ ਕਰੀਏ, ਹਾਲ ਹੀ ਦੇ ਵਿੱਚ ਤੁਹਾਨੂੰ ਵੀ ਗੋਲਡ ਮੈਡਲ ਮਿਲਿਆ ਹੈ ਨਾ, ਕਿਹੜੀ ਕਿਹੜੀ ਖੇਡ ਸੀਗੀ, ਕਿਹੜੀ ਕਿਹੜੀ ਗੇਮ ਦੇ ਵਿੱਚ ਸੀਗਾ ਤੁਸੀਂ, ਜਾਂ ਫਿਰ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਖੇਡਣ ਗਏ ਸੀਗੇ ਜਿੱਥੋਂ ਤੁਹਾਨੂੰ ਗੋਲਡ ਮੈਡਲ ਮਿਲਿਆ? ਹੁਣ ਹਾਲਾਂਕਿ ਮੈਂ ਗੇਮ ਪਹਿਲਾਂ ਵਿੱਚੋਂ ਬੰਦ ਕਰਤੀ ਸੀ ਕੋਵਿਡ ਕਰਕੇ, ਅਤੇ ਮੇਰੇ ਫਰੈਂਡ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ, ਤਾਂ ਥੋੜ੍ਹੇ ਮੈਂ ਡਿਪਰੈਸ਼ਨ ਦੇ ਵਿੱਚ ਵੀ ਰਿਹਾ ਇਸ ਗੇਮ ਕਰ ਥੋੜ੍ਹੇ ਫਰੈਂਡ ਕਰਕੇ, ਸੋ ਪਰ ਫਿਰ ਵੀ ਚਲੋ ਮੇਰੇ ਕੋਚ ਨੇ ਪੇਰੈਂਟਸ ਨੇ ਮੈਨੂੰ ਕਿਹਾ ਜੀ, ਮੇਰੇ ਪੇਰੈਂਟਸ ਨੇ ਕਿਹਾ ਵੀ ਨਹੀਂ ਤਾਂ ਤੈਨੂੰ ਕਰਨੀ ਚਾਹੀਦੀ ਆ। ਬਿਲਕੁਲ, ਚਲੋ ਫਿਰ ਮੈਂ ਹੁਣ ਆਇਆ, ਅਤੇ ਮੈਂ ਸਿਰਫ 5 ਦਿਨ ਪ੍ਰੈਕਟਿਸ ਕੀਤੀ ਸੀਗੀ, 2.5 ਸਾਲ ਬਾਅਦ ਸਿਰਫ 5 ਦਿਨ ਪ੍ਰੈਕਟਿਸ ਕੀਤੀ, ਅਤੇ ਮੇਰਾ ਨੈਸ਼ਨਲ ਦੇ ਵਿੱਚ ਗੋਲਡ ਸੀਗਾ ਪੈਰਾ ਨੈਸ਼ਨਲ 'ਚ।
ਸੋ ਦੋਸਤੋ ਮੈਡਲ ਦੇਖ ਸਕਦੇ ਤੁਸੀਂ, ਮੈਡਲ ਨਾ ਕਾਫੀ ਨੇਗੇ, ਹਾਂਜੀ ਇੱਕ ਅੱਧਾ ਨਹੀਂ, ਮੈਡਲ ਬ੍ਰਦਰ ਨੂੰ ਬਹੁਤ ਮਿਲੇ ਹੋਏ ਨੇ, ਜਿਵੇਂ ਹੁੰਦਾ ਨਾ ਕਿ ਇੱਕ ਲਗਨ ਹੁੰਦੀ ਹੈਗੀ ਖੇਡਾਂ ਨਾਲ ਜੁੜੀ ਹੋਈ, ਜਾਂ ਫਿਰ ਕਹਿ ਸਕਦਾ ਕਿ ਗਰਾਊਂਡ ਨਾਲ ਜੁੜੀ ਹੋਈ ਇੱਕ ਲਗਨ ਹੁੰਦੀ ਹੈਗੀ, ਅਤੇ ਉਹੀ ਲਗਨ ਨੇ ਬਾਈ ਨੂੰ ਇੰਡੀਆ ਦਾ ਮੈਂ ਕਹਿਣਾ ਗੋਲਡ ਮੈਡਲ ਦਵਾਤਾ ਵੀਰੇ। ਫਿਰ ਜਿਵੇਂ ਤੁਸੀਂ ਕਿਹਾ 5 ਦਿਨ ਹੀ ਤੁਸੀਂ ਪ੍ਰੈਕਟਿਸ ਕਰੀ ਸੀਗੀ ਹੈ ਨਾ, ਢਾਈ ਸਾਲ ਬਾਅਦ, ਹਾਂਜੀ 2.5 ਸਾਲ ਬਾਅਦ ਪਤਾ ਚੱਲਣਾ ਸੀਗਾ ਕਿ ਤੁਹਾਡੇ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਤਾਂ ਦੱਸ ਹੀ ਦਿੱਤਾ ਕਿ ਫਰੈਂਡ ਦੀ ਡੈਥ ਹੋਣ ਕਾਰਨ ਤੁਸੀਂ 1 ਸਾਲ ਟ੍ਰੇਨਿੰਗ 'ਤੇ ਨਹੀਂ ਆਏ ਸੀਗੇ ਇੱਥੇ, ਹੈ ਨਾ, ਮਤਲਬ ਪ੍ਰੈਕਟਿਸ ਕਰਨ ਹੀ ਆਏ ਸੀਗੇ, ਕੀ ਅਜਿਹੇ ਇਮੋਸ਼ਨ ਜੁੜੇ ਹੋਏ ਸੀਗੇ ਕਿ ਇੰਨਾ ਰਾਜਵੀਰ ਆਪਦੇ ਇੱਕ ਫਰੈਂਡ ਦੀ ਡੈਥ ਤੋਂ ਬਾਅਦ ਇੰਨਾ ਡਿਪਰੈਸ਼ਨ ਚਲਾ ਗਿਆ ਕਿ ਗੇਮ ਵੀ ਛੱਡ ਦਿੱਤੀ? ਬਿਕੋਜ਼ ਉਹ ਇਨਸਾਨ ਇੰਨਾ ਹੱਸਮੁੱਖ ਸੀਗਾ, ਅਤੇ ਅਸੀਂ ਦੋਨੋਂ ਇਕੱਠੇ ਸ਼ੂਟ ਕਰਦੇ ਹੁੰਦੇ ਸੀ, ਅਤੇ ਉਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ ਹੈ, ਮਤਲਬ ਐਜ਼ ਅ ਮੈਨੂੰ ਬ੍ਰਦਰ ਹੀ ਟ੍ਰੀਟ ਕਰਦੇ ਸੀ, ਅਤੇ ਇੱਕਦਮ ਜਦ ਪਤਾ ਲੱਗਿਆ ਤਾਂ ਮੈਂ ਡਿਪਰੈਸ਼ਨ 'ਚ ਸੀਗਾ 1 ਦਿਨ, ਅਤੇ ਮੈਨੂੰ ਰੇਂਜ 'ਤੇ ਆਉਣ ਦੀ ਮੇਰੀ ਹਿੰਮਤ ਨਹੀਂ ਸੀਗੀ, ਬਿਕੋਜ਼ ਅਸੀਂ ਇਕੱਠੇ ਸ਼ੂਟ ਕਰਦੇ ਸੀ ਅਤੇ ਉਹ ਜਗ੍ਹਾ 'ਤੇ ਆ ਕੇ ਇਕੱਲੇ ਖੇਲਣਾ ਬਹੁਤ ਮੁਸ਼ਕਿਲ ਸੀਗਾ, ਅਤੇ ਮੈਂ 1 ਨੈਸ਼ਨਲ ਵੀ ਸਕਿੱਪ ਕਰ ਚੁੱਕੇ ਹਾਂ ਇਸ ਚੱਕਰ 'ਚ। ਹਾਂਜੀ, ਸਟੱਡੀ ਕਿੰਨੀ ਕੁ, ਕੁਆਲੀਫਿਕੇਸ਼ਨ ਕਿੰਨੀ ਕੁ ਹੋਣੀ ਚਾਹੀਦੀ ਹੈ, ਜੇ ਮੰਨ ਲਓ ਫੋਰ ਐਗਜ਼ਾਮਪਲ ਮੰਨ ਲਓ ਕਈ ਸਾਡਾ ਜਿਹੜਾ ਯੂਥ ਜਾਂ ਫਿਰ ਜਿਹੜੇ ਨੌਜਵਾਨ ਸਾਡੀ ਵੀਡੀਓ ਨਾਲ ਜੁੜੇ ਨੇਗੇ, ਇਸ ਫੀਲਡ ਵੱਲ ਆਉਣ ਬਾਰੇ ਸੋਚ ਰਹੇ ਹੋਣਗੇ, ਕੁਆਲੀਫਿਕੇਸ਼ਨ ਕੀ ਚਾਹੀਦੀ ਹੈ? ਇਹਦੇ ਵਿੱਚ ਜ਼ਿਆਦਾ ਫਿਟਨੈਸ ਤੁਸੀਂ ਕਹੋ, ਨੋਰਮਲ ਕੋਈ ਵੀ ਖੇਲ ਸਕਦਾ ਹੈ, ਚਾਹੇ ਕੋਈ ਮੋਟਾ ਹੋਵੇ ਚਾਹੇ ਪਤਲਾ ਹੋਵੇ, ਲੰਬਾ ਛੋਟਾ ਕੋਈ ਮੈਟਰ ਨਹੀਂ ਕਰਦਾ, ਬਸ ਤੁਹਾਡੀ ਏਜ 12 ਸਾਲ ਹੋਣੀ ਚਾਹੀਦੀ ਹੈ ਮਿਨੀਮਮ, ਕਿ ਤੁਸੀਂ ਗਨ ਹੈਂਡਲ ਕਰਨ ਜੋਗੇ ਹੋ ਜਾਓ, ਬਿਕੋਜ਼ ਤੁਸੀਂ ਦੇਖਿਆ ਹੀ ਹੈ ਚਲਾਉਂਦੇ ਹੋਏ ਕਿ ਵੀ ਰਿਕੋਇਲ ਬਹੁਤ ਆ, ਅਤੇ ਇੱਕ ਟਾਰਗੇਟ ਨੂੰ ਮੂਵ ਕਰਨਾ ਆ, ਟਾਰਗੇਟ ਦੀ ਸਪੀਡ 70-100 ਹੁੰਦੀ ਆ, ਅਤੇ ਆਪਾਂ ਨੂੰ ਨਹੀਂ ਪਤਾ ਲੈਫਟ ਰਾਈਟ ਸਟੇਟ ਕਿੱਥੇ ਜਾਊਗਾ, ਜਾਂ ਮਾਈਕ 'ਚ ਬੋਲਾਂਗੇ ਤਾਂ ਸਿਰਫ ਐਟ ਦਾ ਮੂਵਮੈਂਟ ਹੀ ਪਤਾ ਲੱਗਦਾ ਜਿੱਥੇ ਜਾਊਗਾ ਉਹਨੂੰ ਦੇਖ ਕੇ ਸ਼ੂਟ ਕਰਨਾ। ਕਈ ਦਿਨ ਅਜਿਹਾ ਵੀ ਹੁੰਦਾ ਹੋਊਗਾ ਨਾ, ਜਿਵੇਂ ਤੁਸੀਂ ਦੱਸਿਆ ਕਿ ਇੱਕ ਤੁਹਾਡਾ ਰਾਊਂਡ ਚੱਲਦਾ ਹੁੰਦਾ ਹੈਗਾ, ਜੇ ਸਾਨੂੰ ਰਾਊਂਡ ਦੇ ਵਿੱਚ 3 ਜਾਂ 4 ਵਾਰ ਤੁਸੀਂ ਮਤਲਬ ਰਾਊਂਡ ਜਾਂਦੇ ਹੋ ਕਿ ਅਤੇ ਉਸ ਤੋਂ ਬਾਅਦ ਫਾਇਰ ਕਰਨਾ ਪੈਂਦਾ ਤੁਹਾਨੂੰ, ਕਈ ਰਾਊਂਡ ਅਜਿਹੇ ਵੀ ਹੁੰਦੇ ਹੋਣਗੇ ਜਿੱਥੇ ਤੁਹਾਡਾ ਮਤਲਬ ਸਾਰੇ ਸ਼ੋਟ ਹੀ ਮਿਸ ਲੱਗ ਜਾਂਦੇ ਹੋਣ, ਜਾਂ ਫਿਰ ਕੋਈ ਜਿਵੇਂ ਸਾਰੇ ਜਿੰਨੇ ਵੀ ਨਿਕਲੇ ਆਪਣੇ ਟਾਰਗੇਟ ਨਿਕਲੇ ਕਿਸੇ 'ਤੇ ਸ਼ੂਟ ਨਾ ਹੋਇਆ ਹੋਵੇ, ਫਿਰ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਨਹੀਂ ਬਟ ਸਾਰਿਆਂ 'ਤੇ ਤਾਂ ਨਹੀਂ, ਪਰ ਨੋਰਮਲੀ ਜਿਵੇਂ ਐਕਟਨ ਦੀ ਸਿਚੁਏਸ਼ਨ ਆ ਜਾਂਦੀ ਆ, ਆਪਣੇ ਆਪ ਨੂੰ ਬਹੁਤ ਕਾਮ ਰੱਖਣਾ ਪੈਂਦਾ ਹੈ ਗੇਮ ਦੇ ਵਿੱਚ, ਜੇ ਤੁਸੀਂ ਇਹ ਵੀ ਸੋਚ ਲਿਆ ਕਿ ਮੈਂ ਹੁਣ ਟਾਰਗੇਟ ਦੇਖੂੰਗਾ ਜਾਂ ਇਹਨੂੰ ਮੈਂ ਹਿੱਟ ਕਰੂੰਗਾ, ਤੁਹਾਡੇ ਤੋਂ ਹਿੱਟ ਨਹੀਂ ਹੋਣਾ, ਤੁਹਾਨੂੰ ਆਪਣੇ ਆਪ ਨੂੰ ਬਹੁਤ ਕਾਮ ਰੱਖਣਾ ਪੈਂਦਾ ਹੈ। ਮਨ ਵੀ ਕਈ ਵਾਰ ਤਾਂ ਹੈ ਨਾ ਕਾਹਲਾ ਪੈ ਜਾਂਦਾ ਹੁੰਦਾ ਯਾਰ, ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਮੰਨ ਲਈਏ ਨਾ ਜਿਵੇਂ ਤੁਸੀਂ ਲਾ ਰਹੇ ਸੀਗੇ, ਜਿਵੇਂ ਚਲੋ ਤੁਹਾਡੀ ਮੈਂ ਦੇਖਿਆ ਪੇਸ਼ੈਂਸ ਬਹੁਤ ਜ਼ਿਆਦਾ ਹੈ ਨਾ, ਜੇਕਰ ਮੈਂ ਖੁਦ ਲੱਗ ਜਾ ਨਾ ਕਰਨ, ਜੇ ਮੰਨ ਲਓ ਦੋ ਸ਼ੋਟ ਖਾਲੀ ਨਿਕਲ ਗਏ, 3ਜਾ ਸ਼ੋਟ ਖਾਲੀ ਨਿਕਲ ਗਿਆ, ਮੈਂ ਕਹੂੰ ਯਾਰ ਚੱਲ ਛੱਡ ਯਾਰ, ਕੀ ਯਾਰ ਇਹ ਤਾਂ ਹੁਣ ਲੱਗ ਹੀ ਨਹੀਂ ਰਿਹਾ, ਫਿਰ ਕਦੇ ਦੇਖ ਲਾਂਗੇ ਆਪਾਂ। ਤੁਹਾਡੇ ਨਾਲ ਵੀ ਕਦੇ ਹੋਇਆ ਇੱਦਾਂ ਦਾ ਵਾਕਿਆ ਵੀ ਤੁਸੀਂ ਲਾਉਣ ਲੱਗੇ ਹੋਵੋ ਇੱਥੇ ਟਾਰਗੇਟ ਦੇ ਉੱਤੇ, ਸ਼ੋਟ ਲਾਉਣ ਲੱਗੇ ਹੋਵੋ, ਸ਼ੋਟ ਲੱਗਿਆ ਨਾ ਹੋਵੇ, ਤੁਹਾਡਾ ਮਨ ਅੱਕ ਗਿਆ ਹੋਵੇ? ਨਹੀਂ, ਉਸ ਟਾਈਮ ਦੇ ਵਿੱਚ ਓਵਰ ਥਿੰਕਿੰਗ ਚੱਲਣ ਲੱਗ ਜਾਂਦੀ ਆ, ਬਹੁਤ ਵਾਰ ਹੋਇਆ ਮੇਰੇ ਨਾਲ, ਮੈਨੂੰ ਇਹ ਹੁੰਦਾ ਵੀ ਮੈਂ ਕੀ ਗਲਤ ਕਰ ਰਿਹਾ, ਮੈਨੂੰ ਠੀਕ ਕਰਨ ਦੇ ਚੱਕਰ 'ਚ ਪੈ ਜਾਂਦਾ, ਪਰ ਮੈਨੂੰ ਜੋ ਠੀਕ ਕਰਨਾ ਮੈਂ ਉਹ ਨਹੀਂ ਕਰਦਾ, ਬਲਕਿ ਆਪਣੀ ਕਰੈਕਸ਼ਨਸ 'ਤੇ ਕੰਮ ਕਰਨ ਲੱਗ ਜਾਂਦਾ, ਅਤੇ ਜਦ ਉੱਤੇ ਪਤਾ ਲੱਗਦਾ ਤਾਂ ਮੇਰੇ ਸਾਰੇ ਲਾਈਕ ਮਿਸ ਹੋਈ ਜਾਂਦੇ ਨੇ ਤਾਂ ਹੀ ਕਿ ਸੁਪਰਵੀਜ਼ਨ ਦੀ ਤੁਹਾਨੂੰ ਟਾਈਮ ਟੂ ਟਾਈਮ ਲੋਡ ਹੁੰਦੀ ਆ, ਅਤੇ ਬਸ ਮੇਨਲੀ ਇਹਦੇ ਵਿੱਚ ਤੁਸੀਂ ਆਪਣਾ ਇੱਕ ਪਰਫੈਕਟਲੀ ਮਤਲਬ ਇੱਕ ਆਪਣੇ ਉੱਤੇ ਭਰੋਸਾ ਹੋਣਾ ਚਾਹੀਦਾ ਵੀ ਮੈਂ ਸਭ ਸਹੀ ਕਰ ਰਿਹਾ। ਹਾਂਜੀ, ਲਾਸਟ ਸਵਾਲ ਹੋਊਗਾ, ਅਖੀਰ ਸਵਾਲ ਹੋਊਗਾ, ਜਿਵੇਂ ਜਿਹੜੇ ਦਰਸ਼ਕ ਵੀਰ ਜੁੜੇ ਨੇ, ਵੈਸੇ ਤਾਂ ਆਪਾਂ ਗੱਲਾਂ ਕਲੀਅਰ ਕਰ ਹੀ ਦਿੱਤੀਆਂ ਨੇਗੀਆਂ, ਫਿਰ ਵੀ ਮਨ ਦੇ ਵਿੱਚ ਇੱਕ ਸਵਾਲ ਜਾ ਰਿਹਾ ਹੋਊਗਾ ਵੀ ਯਾਰ ਵੀ ਫਿਰ ਵੀ ਚਲੋ ਮੰਨਦੇ ਹਾਂ, ਚਲੋ ਵੀ ਆਪਾਂ ਗਨ ਵੀ ਪਰਚੇਜ਼ ਕਰ ਲਈ ਜਾਂ ਫਿਰ ਗਨ ਰੈਂਟ 'ਤੇ ਵੀ ਲੈ ਲਈ ਹੈ ਨਾ, ਰਾਊਂਡ ਵਗੈਰਾ ਵੀ ਮਿਲ ਜਾਂਦੇ ਹੈਗੇ ਆਪਾਂ ਨੂੰ, ਜੇ ਆਪਾਂ ਸ਼ੂਟਿੰਗ ਕਰਨੀ ਹੈਗੀ ਪਰ ਮੰਥ ਦਾ ਕਿੰਨਾ ਫਿਰ ਵੀ ਪੱਕ ਜਾਂਦਾ ਹੈਗਾ ਬਜਟ, ਜੇਕਰ ਦੇਖੀਏ ਤਾਂ ਪਰ ਮੰਥ ਦਾ ਦੇ ਬਣਾ ਕੇ ਚੱਲੀਏ, ਕਿਉਂਕਿ ਲੋਕਾਂ ਦੇ ਮਨ 'ਚ ਨਾ ਸਵਾਲ ਜਾ ਰਿਹਾ ਹੋਊਗਾ ਵੀ 1 ਮੰਥ ਹੈ, ਚਲੋ ਮੈਂ ਮੰਨਦਾ ਵੀ ਲੋਕਾਂ ਨੇ ਆ ਕੇ ਜੁਆਇਨ ਕਰ ਲਿਆ, ਯੂਥ ਨੇ ਆ ਕੇ ਜੁਆਇਨ ਕਰ ਲਿਆ, ਕੋਈ ਵੀ ਸ਼ਖਸ ਆ ਗਿਆ ਇੱਥੇ, ਪਰ ਪਰ ਡੇ ਤਾਂ ਤੁਸੀਂ ਦੱਸਤਾ ਵੀ ਪਰ ਡੇ ਦਾ 300 ਪੈਂਦਾ ਜੀ, ਇਹਦਾ 150 ਰੁਪਇਆ ਪੈਂਦਾ ਹੈਗਾ, ਮਹੀਨੇ ਦਾ ਬਜਟ ਲਾ ਕੇ ਚੱਲੀਏ, ਮਹੀਨੇ ਦਾ ਬਜਟ ਕਿੰਨਾ ਕੁ ਬਣ ਸਕਦਾ ਤੁਹਾਡੇ ਕੋਲ?
ਮਹੀਨੇ ਦਾ ਅਰਾਊਂਡ ਜੇ ਤੁਸੀਂ ਪ੍ਰੋਪਰ ਸ਼ੂਟਿੰਗ ਕਰਨੀ ਆ ਪ੍ਰੋਫੈਸ਼ਨਲੀ, ਮਤਲਬ ਪ੍ਰੋਫੈਸ਼ਨਲੀ ਤਾਂ ਬਹੁਤ ਜ਼ਿਆਦਾ ਹੋਈ ਨਾ, ਇੱਕ ਨੋਰਮਲ ਸ਼ੂਟਿੰਗ ਲਗਾ ਲਓ, ਨੋਰਮਲੀ ਜੇ ਕਰਨੀ ਆ ਤਾਂ 3 ਲੱਖ ਰੁਪਈਆ ਮਹੀਨਾ ਲੱਗ ਜਾਂਦਾ। ਅਤੇ 3 ਲੱਖ ਰੁਪਈਆ ਮਹੀਨਾ? ਹਾਂਜੀ, ਅਤੇ ਆਪਣੇ ਇਹ ਰੇਂਜ ਸਿਰਫ ਪਟਿਆਲੇ ਆ, ਸੰਗਰੂਰ ਬਾਈਪਾਸ 'ਤੇ, ਹੋਰ ਕਿਤੇ ਨਹੀਂ ਹੈਗੀ। ਮਤਲਬ ਪੂਰੇ ਪੰਜਾਬ ਵਿੱਚ ਹੋਰ ਕਿਤੇ ਵੀ ਨਹੀਂ? ਨਹੀਂ, ਕਿਤੇ ਵੀ ਨਹੀਂ। ਟ੍ਰੈਪ ਸ਼ੂਟਿੰਗ ਦੀ ਰੇਂਜ ਸਿਰਫ ਪਟਿਆਲੇ ਆ, ਨਹੀਂ ਦਿੱਲੀ ਆ, ਸਾਰੇ ਫਿਰੋਜ਼ਪੁਰ ਤੋਂ, ਅੰਮ੍ਰਿਤਸਰ ਤੋਂ, ਹਰਿਆਣੇ ਤੋਂ ਸਾਰੇ ਉਰੀ ਸ਼ੂਟ ਕਰਨ ਆਉਂਦੇ ਨੇ। ਹਾਂਜੀ, ਅਤੇ ਜਿਵੇਂ ਕਿ ਮੈਂ ਤੁਹਾਨੂੰ ਮੈਡਲਸ ਦਿਖਾ ਰਿਹਾ ਸੀਗਾ, ਮੈਂ ਲਾਈਕ ਟੀਮ 'ਚ ਸੈਲੈਕਟ ਹੋ ਗਿਆ ਸੀ, ਦੁਬਈ ਖੇਲਿਆ, ਅਤੇ ਸੈਕਿੰਡ ਟਾਈਮ ਮੈਂ 2018 ਦੇ ਵਿੱਚ ਇਟਲੀ ਖੇਲਿਆ ਸੀਗਾ ਲੋਨਾਟੋ, ਅਤੇ ਉੱਥੇ ਮੇਰਾ ਸਿਲਵਰ ਮੈਡਲ ਸੀਗਾ, ਅਤੇ ਮੈਂ ਆਸਟ੍ਰੇਲੀਆ ਵੀ ਰੀਪ੍ਰਜੈਂਟ ਕੀਤਾ। ਨੈਕਸਟ ਹੁਣ ਜਦ ਨੈਸ਼ਨਲ 'ਚ ਹੁਣ ਗੋਲਡ ਆਇਆ, ਅਤੇ ਹੁਣ ਫੋਰਨ ਕੰਪੀਟੀਸ਼ਨਸ ਹੈਗੇ ਨੇ, ਜੂਨ ਦੇ ਵਿੱਚ ਮੈਂ ਫਰਾਂਸ ਜਾ ਰਿਹਾ, ਅਤੇ ਜੁਲਾਈ ਦੇ ਵਿੱਚ ਜਰਮਨੀ ਕੰਪੀਟੀਸ਼ਨ ਆ। ਬੈਸਟ ਵਿਸ਼ਿਜ਼ ਬਾਈ ਸਾਡੇ ਵੱਲੋਂ। ਪਹਿਲਾਂ ਤਾਂ ਤੁਸੀਂ ਕੰਪੀਟੀਸ਼ਨ ਲਈ ਜਾ ਰਹੇ ਹੋ, ਜਿਹੜੇ ਉਹ ਮੁਕਾਮ ਜਲਦੀ ਤੁਸੀਂ ਹਾਸਲ ਕਰਕੇ ਅਤੇ ਜਿੱਤ ਦਾ ਇੱਕ ਸਿਹਰਾ ਲੈ ਕੇ ਵਾਪਸ ਆਓ। ਆ ਇਟਲੀ ਮੈਡਲ ਆਇਆ ਸੀਗਾ, ਸਿਲਵਰ ਮੈਡਲ। ਹਾਂਜੀ, ਬਹੁਤ ਚੰਗਾ ਲੱਗਿਆ ਵੀਰੇ ਤੁਹਾਨੂੰ ਮਿਲ ਕੇ, ਅਤੇ ਹੁਣ ਉਮੀਦ ਇਹੀ ਹੈ ਕਿ ਜਦੋਂ ਤੁਸੀਂ ਫਰਾਂਸ ਦੇ ਵਿੱਚ ਜਾਂ ਫਿਰ ਹੋਰ ਜਿਹੜੇ ਫੋਰਨ ਟੂਰ ਕਰਨ ਜਾ ਰਹੇ ਹੋ, ਜਲਦੀ ਉਹਦੇ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰੋਗੇ ਅਤੇ ਆਪਦੇ ਫਾਦਰ ਜੀ ਦਾ ਨਾਮ ਰੋਸ਼ਨ ਕਰੋਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੀਰੇ। ਸੋ ਦੋਸਤੋ, ਅੱਜ ਰਾਜਵੀਰ ਸਿੰਘ ਜੀ ਨਾਲ ਮੁਲਾਕਾਤ ਹੋਈ ਹੈ, ਮੁਲਾਕਾਤ ਕਰਕੇ ਬੜਾ ਚੰਗਾ ਲੱਗਿਆ, ਕਿਉਂਕਿ ਨਾ ਇੱਕ ਅਜਿਹੇ ਪਲੇਅਰ ਨੂੰ ਅੱਜ ਮੈਂ ਮਿਲਿਆ ਜੋ ਕਿ ਇੰਟਰਨੈਸ਼ਨਲ ਪਲੇਅਰ ਨੇਗੇ। ਖੇਡਾਂ ਨਾਲ ਤਾਂ ਵੈਸੇ ਹਰ ਕੋਈ ਜੁੜਨਾ ਚਾਹੁੰਦਾ, ਜਾਂ ਫਿਰ ਕਹਿ ਦਈਏ ਗਰਾਊਂਡਾਂ ਦੇ ਨਾਲ ਹਰ ਕੋਈ ਜੁੜਨਾ ਚਾਹੁੰਦਾ, ਪਰ ਬੜੇ ਘੱਟ ਸ਼ਖਸ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਣੇ ਮਾਂ ਬਾਪ ਦਾ ਨਾਮ ਜਾਂ ਫਿਰ ਕਹਿ ਦਈਏ ਪੰਜਾਬ ਦਾ ਨਾਮ ਉੱਪਰਲੇ ਪੱਧਰ 'ਤੇ ਲੈ ਕੇ ਆਉਂਦੇ। ਸੋ ਉਮੀਦ ਇਹੀ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਉਦੋਂ ਤੱਕ ਦੇ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪਿੰਦ ਦੀ ਇਜਾਜ਼ਤ, ਧੰਨਵਾਦ।